ਹਾਂਜੀ, ਕਿਵੇਂ? ਇੱਕ ਨਾ ਜਿੱਦਾਂ ਕਿਸੇ ਪੁਰਾਣੇ ਘਰ ਦੇ ਬੋਲ ਆ, ਉਹ ਜਿਹੜਾ ਬੰਦਾ ਇੱਥੇ 25-30 ਸਾਲ ਤੋਂ ਆਇਆ ਹੈ ਨਾ, ਮੁੜ ਕੇ ਨਹੀਂ ਗਿਆ ਵਾਪਸ, ਉਹਨੂੰ ਕੀ ਕਹਿੰਦਾ ਕਿ ਕਹਿੰਦਾ ਕਿ ਦਰਜਾਂ ਚੋਂ ਗਾਰਾ ਜਿਹਾ ਖੁਰਦਾ ਪਿਆ ਏ, ਕੰਧਾਂ ਤੇ ਪਿੱਪਲ ਵੀ ਤੁਰਦਾ ਪਿਆ ਏ, ਬੱਦਲਾਂ ਨੂੰ ਵੇਖ ਕੇ ਛੱਤ ਜਿਹੀ ਕੰਬੇ, ਬਾਲਿਆਂ ਦਾ ਸਿਰਾ ਵੀ ਭੁਰਦਾ ਪਿਆ ਏ, ਕਿ ਗੁੱਠਾਂ ਚ ਕੰਧਾਂ ਨੂੰ ਲੱਗ ਗਏ ਨੇ ਜਾਲੇ, ਕਹੀਆਂ ਦੇ ਹੱਥੇ ਵੀ ਸਮਿਆਂ ਨੇ ਗਾਲੇ, ਚੌਂਕੇ ਵੀ ਤਰਸਣ ਕੋਈ ਅੱਗੇ ਆ ਕੇ ਵਾਲੇ, ਕੁੰਜੀਆਂ ਨੂੰ ਤਰਸਣ ਵੇ ਲੱਗੇ ਹੋਏ ਤਾਲੇ, ਇੱਥੇ ਤਾਂ ਪੋਚ ਠਰਦਾ ਬੜਾ ਸੀ, ਉੱਥੇ ਦੱਸ ਤੈਨੂੰ ਲੱਗਦੇ ਨੀ ਪਾਲੇ, ਕਿ ਟੋਕੇ ਵੀ ਤਰਸਣ ਕੋਈ ਛੁਰੀਆਂ ਨੂੰ ਚੰਡੇ, ਰੰਬੇ ਵੀ ਵੇਖਣ ਕੋਈ ਗੁੱਟਦਾ ਨੀ ਗੰਢੇ, ਕਿ ਖੂਹ ਦੀ ਲੱਜ ਵੀ ਖੂਹ ਨਾਲ ਗੱਲਾਂ ਪਈ ਕਰਦੀ, ਕਿੱਥੇ ਗਏ ਸਭ ਘਰ ਦੇ ਜੋ ਬੰਦੇ, ਥੋੜੇ ਦਿਨ ਹੋਏ ਮੈਨੂੰ ਸੂਝ ਹੀ ਮਿਲੀ ਏ, ਉਹ ਉੱਥੇ ਬੈਠਾ ਝੁਰਦਾ ਪਿਆ ਏ, ਦਰਜਾਂ ਚੋਂ ਗਾਰਾ ਜਿਹਾ ਖੁਰਦਾ ਪਿਆ ਏ, ਕੰਧਾਂ ਤੇ ਪਿੱਪਲ ਵੀ ਤੁਰਦਾ ਪਿਆ ਏ, ਜਿਹਦੇ ਤੂੰ ਆਉਣੇ ਦਾ ਲਾਰਾ ਜਿਹਾ ਲਾਵੇ, ਉਹ 25 ਕੁ ਸਾਲਾਂ ਦਾ ਮੁੜਦਾ ਪਿਆ ਏ, 25 ਕੁ ਸਾਲਾਂ ਦਾ ਮੁੜਦਾ ਪਿਆ ਏ।